ਸਮੁੰਦਰ ਵਿੱਚ ਤੂਫਾਨ ਕਾਰਨ ਜਹਾਜ਼ ਡੱਕੋ ਡੋਲੇ ਖਾ ਰਿਹਾ ਸੀ ਸਾਰੇ ਮੁਸਾਫਰ ਘਬਰਾ ਗਏ ਸਨ ਪਾਂਤ ਪਾਂ ਦਾ ਸ਼ੋਰ ਮਚਾ ਰਹੇ ਸਨ ਹਰ ਕਿਸੇ ਨੂੰ ਆਪਣਾ ਮਹੱਤਵ ਜਾਗ ਪਿਆ ਸੀ ਕਿਸੇ ਨੂੰ ਆਪਣਾ ਵਪਾਰ ਯਾਦ ਆਇਆ ਕਿਸੇ ਨੂੰ ਪਰਿਵਾਰ ਸਾਰਿਆਂ ਨੇ ਇੱਕ ਬਜ਼ੁਰਗ ਮੁਸਾਫਰ ਨੂੰ ਪੁੱਛਿਆ ਕੀ ਕਰੀਏ ਬਜ਼ੁਰਗ ਨੇ ਉਹਨਾਂ ਦੇ ਤੌਖਲੇ ਤੇ ਪੈਰ ਨੂੰ ਪਾਪ ਕੇ ਉੱਚੀ ਆਵਾਜ਼ ਚ ਕਿਹਾ ਘਬਰਾਉਣਾ ਨਹੀਂ ਹੌਸਲਾ ਰੱਖੋ ਜਹਾਜ਼ ਦੇ ਕਪਤਾਨ ਤੇ ਭਰੋਸਾ ਰੱਖੋ ਇਹ ਜਹਾਜ਼ ਡੁੱਬੇਗਾ ਨਹੀਂ ਸਾਰਿਆਂ ਦਾ ਅੰਦਰਲਾ ਸ਼ੋਰ ਸ਼ਾਂਤ ਹੋ ਗਿਆ ਸੀ ਬਜ਼ੁਰਗ ਨੇ ਕਿਹਾ ਕਪਤਾਨ ਦਾ ਹੌਸਲਾ ਵਧਾਉਣ ਲਈ ਅਸੀਂ ਰਲ ਕੇ ਗਾਵਾਂਗੇ ਗੌਣ ਨਾਲ ਸਾਰਿਆਂ ਨੂੰ ਆਪਣੀ ਸਾਂਝੀ ਸ਼ਕਤੀ ਦੇ ਅਹਿਸਾਸ ਨਾਲ ਬਲ ਮਿਲਿਆ ਕਪਤਾਨ ਦਾ ਵੀ ਹੌਸਲਾ ਵਧਿਆ ਉਹ ਇਕਾਗਰ ਚਿਤ ਹੋ ਕੇ ਨਿਰਣੇ ਲੈਣ ਲੱਗਿਆ ਤੂਫਾਨ 깈ਟ ਗਿਆ ਜਹਾਜ਼ ਬਚ ਗਿਆ ਯਾਤਰੀ ਖੜ ਗਏ ਬਾਬਾਈ ਦੇ ਪੈਰੀਂ ਪੈ ਗਏ ਤੁਹਾਡੀ ਕਿਰਪਾ ਨਾਲ ਹੀ ਅਸੀਂ ਬਚੇ ਹਾਂ ਬਾਬਾ ਜੀ ਨੇ ਕਿਹਾ ਮੈਂ ਤਾਂ ਤੁਹਾਡੇ ਵਾਂਗ ਹੀ ਇੱਕ ਮੁਸਾਫਰ ਹਾਂ ਮੈਂ ਤਾਂ ਆਪ ਡਰਿਆ ਹੋਇਆ ਸੀ ਆਪਣਾ ਡਰ ਲੁਕਾਉਣ ਵਾਸਤੇ ਮੈਂ ਉੱਚੀ ਆਵਾਜ਼ 'ਚ ਤੁਹਾਨੂੰ ਮੁਖਾਤਬ ਹੋਇਆ ਅਸੀਂ ਜਹਾਜ਼ ਦੇ ਬਚਣ ਨਾਲ ਹੀ ਬਚ ਸਕਦੇ ਸਾਂ ਸੋ ਜਹਾਜ਼ ਨੂੰ ਬਚਾਉਣਾ ਸਾਡਾ ਉਦੇਸ਼ ਬਣ ਗਿਆ ਸੀ ਸਾਡੀ ਸਾਰਿਆਂ ਦੀ ਸਾਂਝੀ ਆਵਾਜ਼ ਵਿੱਚ ਤੂਫਾਨ ਦੀ ਡਰਾਉਣੀ ਆਵਾਜ਼ ਦਬ ਗਈ ਸੀ ਜਿਸ ਨਾਲ ਕਪਤਾਨ ਦਾ ਮਨੋਵਲ ਵਧਿਆ ਤੇ ਸਾਡੇ ਵਿੱਚ ਬਚ ਜਾਣ ਦਾ ਹੌਸਲਾ ਜਾਗ ਪਿਆ ਮੈਂ ਪੂਰਾ ਪੂਰੇ ਵਿਸ਼ਵਾਸ ਨਾਲ ਕਿਹਾ ਸੀ ਜਹਾਜ਼ ਡੁੱਬੇਗਾ ਨਹੀਂ ਅਸੀਂ ਸਵੈ ਵਿਸ਼ਵਾਸ ਨਾਲ ਜਹਾਜ਼ ਨੂੰ ਬਚਾ ਲਿਆ ਮੈਂ ਜਾਣਦਾ ਕਿ ਜੇ ਜਹਾਜ਼ ਡੁੱਬ ਗਿਆ ਤਾਂ ਮੈਨੂੰ ਝੂਠਾ ਕਹਿਣ ਵਾਲਾ ਕੋਈ ਨਹੀਂ ਸੀ ਹੋਣਾ